ਸਤਿ ਸ਼੍ਰੀ ਅਕਾਲ ਫਰੈਂਡਸ, ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੰਜਾਬੀ ਕਿਚਨ ਵਿੱਚ। ਅਤੇ ਅੱਜ ਤੁਹਾਨੂੰ ਅਸੀਂ ਦੱਸਾਂਗੇ ਕਿ ਖੋਆ ਘਰ ਵਿੱਚ ਕਿਸ ਤਰ੍ਹਾਂ ਬਣਾ ਸਕਦੇ ਹਾਂ ਅਸੀਂ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ। ਅਤੇ ਜਿਹੜੇ ਫਰੈਂਡਸ ਸਾਡੇ ਚੈਨਲ 'ਤੇ ਨਵੇਂ ਆਏ ਆ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਅਤੇ ਚਲੋ ਜੀ ਸ਼ੁਰੂ ਕਰਦੇ ਹਾਂ ਆਪਾਂ ਖੋਆ ਬਣਾਉਣਾ। ਇਸ ਲਈ ਆਪਾਂ ਵੱਡੀ ਕੜਾਹੀ ਲਈ ਹੈ ਇੱਕ, ਅਤੇ ਜੋ ਮੋਟੀ ਹੈਗੀ, ਅਤੇ ਨਾਲ ਆਪਾਂ 10 ਕਿਲੋ ਦੁੱਧ ਦਾ ਆਪਾਂ ਖੋਆ ਬਣਾਵਾਂਗੇ। ਇਹਨੂੰ ਚੰਗੀ ਤਰ੍ਹਾਂ ਪੁਣ ਲਿਆ ਸੀ, ਸਾਫ਼ ਕਰ ਲਿਆ ਸੀ ਦੁੱਧ ਨੂੰ, ਪੁਣ ਲੈਣਾ ਆਪਾਂ ਪਹਿਲਾਂ। ਇਸ ਤਰ੍ਹਾਂ ਆਪਾਂ ਵਿੱਚ ਪਾ ਲੈਣਾ ਕੜਾਹੀ ਦੇ। ਕੜਾਹੀ ਜਿਹੜੀ ਹੈਗੀ ਆ ਆਪਣੀ ਮੋਟੀ ਹੋਣੀ ਚਾਹੀਦੀ ਹੈ, ਤਾਂ ਜੋ ਆਪਣਾ ਜਿਹੜਾ ਖੋਆ ਹੈਗਾ ਉਹ ਜਲੇ ਨਾ। ਅਗਰ ਇਹਦਾ ਕੜਾਹੀ ਦਾ ਥੱਲਾ ਜਿਹੜਾ ਪਤਲਾ ਹੋਊਗਾ ਤਾਂ ਆਪਣਾ ਖੋਆ ਜਿਹੜਾ ਜਲ ਜੂਗਾ ਥੋੜ੍ਹੇ ਜਿਹੇ ਸੇਕ ਨਾਲ ਹੀ। ਅਤੇ ਇਸ ਨੂੰ ਲਗਾਤਾਰ ਆਪਾਂ ਹਿਲਾਉਂਦੇ ਰਹਿਣਾ, ਜਦੋਂ ਦੁੱਧ ਪਾਤਾ ਉਸ ਟਾਈਮ ਹੀ ਆਪਾਂ ਇਸਨੂੰ ਹਿਲਾਉਣਾ ਸ਼ੁਰੂ ਕਰ ਦੇਣਾ, ਕਿਉਂਕਿ ਦੁੱਧ ਜਿਹੜਾ ਹੈਗਾ ਨੀਚੇ ਲੱਗ ਨਾ ਜਾਵੇ। ਜਿਹੜਾ ਨੀਚੇ ਲੱਗ ਗਿਆ ਦੁੱਧ ਉਹ ਸੜ ਜਾਵੇਗਾ, ਅਤੇ ਖੋਏ ਦੇ ਵਿੱਚ ਜਿਹੜੀ ਕਾਲਸ ਹੈਗੀ ਆ, ਕਾਲਾ ਕਾਲਾ ਜਿਹੜਾ ਹੋਊਗਾ ਦੁੱਧ ਸੜਿਆ ਹੋਊਗਾ ਉਹ ਆ ਜਾਏਗਾ, ਅਤੇ ਸੋਹਣਾ ਨਹੀਂ ਲੱਗੇਗਾ ਆਪਣਾ ਖੋਆ। ਅਤੇ ਇਸ ਤਰ੍ਹਾਂ ਆਪਾਂ ਜਿਹੜਾ ਸ਼ੁਰੂ ਕਰਨਾ ਜੀ ਆਪਣਾ ਖੋਆ ਬਣਾਉਣਾ, ਅਤੇ ਇਸਨੂੰ ਲਗਾਤਾਰ ਜਿਹੜਾ ਹਿਲਾਉਂਦੇ ਰਹਿਣਾ। ਅਤੇ ਹੁਣ ਦੱਸ ਦਈਏ ਤੁਹਾਨੂੰ ਕਿ ਜਿਹੜਾ ਆਪਾਂ ਬਾਜ਼ਾਰ 'ਚੋਂ ਖੋਆ ਲੈਂਦੇ ਹਾਂ ਉਹਦੇ ਵਿੱਚ ਜਿਹੜਾ ਉਹ ਹਲਵਾਈ ਹੁੰਦੇ ਆ ਬਣਾਉਣ ਵਾਲੇ ਖੋਆ, ਉਹਦੇ ਵਿੱਚ ਉਹ ਬਹੁਤ ਹਾਰਡ ਹੁੰਦਾ, ਤੁਸੀਂ ਦੇਖਿਆ ਹੀ ਹੋਊਗਾ ਲਿਆਉਂਦੇ ਹੋਗੇ ਆਮ। ਅਤੇ ਉਹਦੇ ਵਿੱਚ ਉਹ ਮੈਦਾ ਵਗੈਰਾ ਰਲਾ ਦਿੰਦੇ ਆ, ਅਤੇ ਉਹ ਇੱਕ ਤਰ੍ਹਾਂ ਦੀ ਮਿਲਾਵਟ ਵਾਲਾ ਖੋਆ ਆਪਾਂ ਨੂੰ ਮਿਲਦਾ, ਅਤੇ ਰੇਟ ਵੀ ਆਪਾਂ ਨੂੰ 300 ਦੇ ਕਰੀਬ ਲਾਉਂਦੇ ਆ। ਅਤੇ ਇਸ ਤੋਂ ਬਿਹਤਰ ਆ ਕਿ ਤੁਸੀਂ ਘਰ ਦੁੱਧ ਲਿਆ ਕੇ ਉਸਦਾ ਖੋਆ ਬਣਾਓ। ਇਸ ਤਰ੍ਹਾਂ ਕੋਈ ਜ਼ਿਆਦਾ ਔਖਾ ਕੰਮ ਨਹੀਂ ਹੈਗਾ। ਅਤੇ ਆਪਣੇ ਜਿਹੜੇ 10 ਕਿਲੋ ਦੁੱਧ ਦੇ ਵਿੱਚੋਂ 3 ਜਾਂ 3.5 ਕਿਲੋ ਖੋਆ ਆਰਾਮ ਨਾਲ ਨਿਕਲ ਆਉਂਦਾ। ਅਤੇ ਕੋਸ਼ਿਸ਼ ਕਰੋ ਕਿ ਦੁੱਧ ਵੀ ਤੁਸੀਂ ਪਿੰਡ ਵਿੱਚੋਂ ਲਓ ਬਿਨਾਂ ਮਿਲਾਵਟ ਦੇ, ਜਿਨ੍ਹਾਂ ਦੇ ਘਰ ਆਮ ਮਤਲਬ ਹੈਗੇ ਆ ਮੱਝਾਂ ਗਾਵਾਂ ਹੈਗੀਆਂ, ਅਤੇ ਬਿਨਾਂ ਮਿਲਾਵਟ ਦੇ ਦੁੱਧ ਤੁਸੀਂ ਲਓ ਪਿੰਡਾਂ ਦੇ ਵਿੱਚੋਂ। ਅਗਰ ਤੁਸੀਂ ਸ਼ਹਿਰ ਵਿੱਚ ਵੀ ਰਹਿੰਦੇ ਹੋ ਤਾਂ, ਅਤੇ ਇਹ ਆਪਾਂ ਮੱਝ ਦਾ 10 ਕਿਲੋ ਦੁੱਧ ਲਿਆ, ਮੱਝ ਦੇ ਦੁੱਧ ਵਿੱਚੋਂ 3.5 ਕਿਲੋ ਖੋਆ ਨਿਕਲਿਆ ਆਵੇਗਾ ਆਪਣਾ ਘੱਟ ਤੋਂ ਘੱਟ। ਅਤੇ ਗਾਂ ਦੇ ਦੁੱਧ ਵਿੱਚੋਂ 10 ਕਿਲੋ ਦੁੱਧ ਵਿੱਚੋਂ ਨਿਕਲੇਗਾ 2.5 ਕਿਲੋ ਦੇ ਕਰੀਬ ਖੋਆ ਆਪਣਾ ਨਿਕਲਿਆ ਆਵੇਗਾ। ਕਿਲੋ ਦਾ ਫਰਕ ਪੈ ਜਾਂਦਾ, ਕਿਉਂਕਿ ਜਿਹੜਾ ਮੱਝਾਂ ਦਾ ਦੁੱਧ ਹੁੰਦਾ ਉਹ ਸੰਘਣਾ ਹੁੰਦਾ, ਅਤੇ ਗਾਵਾਂ ਦਾ ਦੁੱਧ ਥੋੜ੍ਹਾ ਜਿਹਾ ਪਤਲਾ ਹੁੰਦਾ। ਅਤੇ ਹੁਣ ਘੰਟੇ ਦੇ ਕਰੀਬ ਹੋ ਗਿਆ ਜੀ ਦੁੱਧ ਆਪਣਾ, ਅੱਧੇ ਦੇ ਕਰੀਬ ਰਹਿ ਗਿਆ ਅੱਧਾ ਕੁ। ਅਤੇ ਇਸਨੂੰ ਲਗਾਤਾਰ ਇਸੇ ਤਰ੍ਹਾਂ ਹਿਲਾਉਂਦੇ ਰਹਿਣਾ, ਅਤੇ ਜਿਹੜਾ ਸਾਈਡਾਂ 'ਤੇ ਦੁੱਧ ਲੱਗਿਆ ਹੋਇਆ ਉਸਨੂੰ ਵੀ ਖੁਰਚਣੇ ਦੇ ਨਾਲ ਇਸ ਤਰ੍ਹਾਂ ਖੁਰਚਣੇ ਦੀ ਹੈਲਪ ਦੇ ਨਾਲ ਉਹਨੂੰ ਲਾਹ ਦੇਣਾ ਆਪਾਂ। ਅਤੇ ਹੁਣ 1.5-2 ਘੰਟੇ ਹੋ ਗਏ ਆ, ਅਤੇ ਆਪਣਾ ਖੋਆ ਜਿਹੜਾ ਹੈਗਾ ਉਹ ਇਸ ਤਰ੍ਹਾਂ ਦਾ ਬਣ ਗਿਆ, ਬਿਲਕੁਲ ਸੰਘਣਾ ਅਤੇ ਬਿਲਕੁਲ ਵਾਈਟ ਆ ਜੀ, ਇਹ ਬਿਲਕੁਲ ਜਲਿਆ ਨਹੀਂ ਹੈਗਾ ਕਿਤੋਂ ਵੀ। ਲਗਾਤਾਰ ਹਿਲਾਉਂਦੇ ਰਹਿਣਾ, ਅਤੇ ਅੱਗ ਜਿਹੜੀ ਆਪਾਂ ਉਹ ਮੀਡੀਅਮ ਜੀ ਰੱਖਣੀ ਆ, ਅਤੇ ਅੱਗ ਇੰਨੀ ਕੁ ਰੱਖਣੀ ਆ ਕਿ ਜਿਹੜਾ ਦੁੱਧ ਆਪਾਂ ਨੂੰ ਉਬਲਦਾ ਨਾ ਦਿਸੇ, ਸਿਰਫ ਇਹ ਅੰਦਰੇ ਅੰਦਰ ਕੜੇ, ਉੱਪਰ ਉਬਲਦਾ ਨਾ ਦਿਸੇ, ਇੰਨੀ ਕੁ ਅੱਗ ਆਪਾਂ ਨੀਚੇ ਰੱਖਣੀ ਆ ਸੇਕ। ਜੇਕਰ ਤੁਸੀਂ ਥੋੜ੍ਹਾ ਵੀ ਖੋਆ ਬਣਾਉਂਦੇ ਹੋ ਗੈਸ 'ਤੇ ਬਣਾਉਂਦੇ ਹੋ ਤਾਂ ਸੇਕ ਆਪਾਂ ਘੱਟ ਹੀ ਰੱਖਣਾ। ਹਾਂਜੀ, ਆਪਣਾ ਜਿਹੜਾ ਖੋਆ ਹੈਗਾ ਹੁਣ ਇਸ ਤਰ੍ਹਾਂ ਬਣ ਗਿਆ, ਅਤੇ ਇਹ ਬਿਲਕੁਲ ਤਿਆਰ ਹੈ। ਥੋੜ੍ਹਾ ਢਿੱਲਾ ਜ਼ਰੂਰ ਲੱਗ ਰਿਹਾ, ਪਰ ਇਹ ਠੰਡਾ ਹੋ ਕੇ ਥੋੜ੍ਹਾ ਜਿਹਾ ਹਾਰਡ ਹੋ ਜੂਗਾ, ਪਰ ਜ਼ਿਆਦਾ ਹਾਰਡ ਨਹੀਂ ਹੋਊਗਾ, ਬਾਜ਼ਾਰ ਦੇ ਖੋਏ ਦੀ ਤਰ੍ਹਾਂ ਹਾਰਡ ਨਹੀਂ ਹੋਊਗਾ, ਇਹ ਇਸੇ ਤਰ੍ਹਾਂ ਹੀ ਰਹੂਗਾ। ਅਗਰ ਇਸ ਤੋਂ ਜ਼ਿਆਦਾ ਆਪਾਂ ਪਕਾਵਾਂਗੇ ਤਾਂ ਇਹ ਜਲਣਾ ਸ਼ੁਰੂ ਹੋ ਜੂਗਾ। ਜਿਹੜਾ ਸਾਈਡਾਂ 'ਤੇ ਲੱਗਿਆ ਉਹ ਵੀ ਆਪਾਂ ਇਸ ਤਰ੍ਹਾਂ ਚਮਚ ਦੀ ਹੈਲਪ ਦੇ ਨਾਲ ਉਹ ਲਾ ਦੇਣਾ, ਤਾਂ ਜੋ ਇਹ ਜਲਣ ਨਾ ਲੱਗ ਜਾਏ, ਕਿਉਂਕਿ ਇਹ ਬਹੁਤ ਸੰਘਣਾ ਹੋ ਚੁੱਕਿਆ ਇਸ ਟਾਈਮ। ਇਸ ਨੂੰ ਹੁਣ ਆਪਾਂ ਨੀਚੇ ਉਤਾਰ ਲਿਆ ਜੀ, ਆਪਣਾ ਖੋਆ ਜਿਹੜਾ ਉਹ ਤਿਆਰ ਹੈ। ਕੋਈ ਦੋ ਘੰਟੇ ਤਾਂ ਇਸਨੂੰ ਮਤਲਬ ਲੱਗ ਹੀ ਜਾਂਦੇ ਆ ਜੇ ਆਪਾਂ ਲੋਹ ਸੇਕ 'ਤੇ ਆਪਾਂ ਇਸਨੂੰ ਬਣਾਵਾਂਗੇ 10 ਕਿਲੋ ਦੁੱਧ ਦਾ ਖੋਆ। ਆ ਦੇਖੋ ਜੀ, 3.5-4 ਕਿਲੋ ਦੇ ਕਰੀਬ ਆਪਣਾ ਖੋਆ ਜਿਹੜਾ 10 ਕਿਲੋ ਦੁੱਧ ਦੇ ਵਿੱਚੋਂ ਨਿਕਲਿਆ ਆਇਆ ਹੈਗਾ, ਬਣ ਗਿਆ ਹੈਗਾ, ਅਤੇ ਹੌਲੇ ਵੀ ਗਰਮ ਆ। ਅਤੇ ਆਹ ਦੇਖੋ ਕਿੰਨਾ ਸੰਘਣਾ ਹੁਣ ਹੋ ਗਿਆ ਵਾ, ਪਹਿਲਾਂ ਆਪਾਂ ਨੂੰ ਪਤਲਾ ਲੱਗ ਰਿਹਾ ਸੀ। ਥੋੜ੍ਹਾ ਜਿਹਾ ਠੰਡਾ ਹੋ ਕੇ ਇਸ ਤਰ੍ਹਾਂ ਬਣ ਜੂਗਾ, ਠੰਡਾ ਹੈ ਨਹੀਂ ਪਰ ਗਰਮ ਆ ਥੋੜ੍ਹਾ ਜਿਹਾ, ਅਤੇ ਮਤਲਬ ਕਿ 5-7 ਮਿੰਟ ਰੱਖਣ ਤੋਂ ਬਾਅਦ ਇਸ ਤਰ੍ਹਾਂ ਬਣ ਜੂਗਾ। ਇਹ ਜ਼ਿਆਦਾ ਨਹੀਂ ਜੰਮੇਗਾ, ਇੰਨਾ ਇਵੇਂ ਰਹੇਗਾ। ਅਤੇ ਇਹ ਬਿਲਕੁਲ ਸਹੀ ਤਰੀਕਾ ਹੈਗਾ ਜੀ, ਬਹੁਤ ਹੀ ਸੌਖਾ ਜਿਹਾ ਢੰਗ ਆ, ਅਤੇ ਬਹੁਤ ਹੀ ਪਿਓਰ ਆਪਣਾ ਖੋਆ ਜਿਹੜਾ ਬਣ ਕੇ ਤਿਆਰ ਹੈ ਇਸ ਤਰ੍ਹਾਂ।
ਕੋਸ਼ਿਸ਼ ਕਰੋ ਕਿ ਤੁਸੀਂ ਆਮ ਆਪਣੇ ਘਰ ਵਿੱਚ ਹੀ ਖੋਆ ਬਣਾਓ, ਅਤੇ ਇਸ ਤੋਂ ਆਪਾਂ ਬਹੁਤ ਅਲੱਗ ਅਲੱਗ ਡਿਸ਼ਾਂ ਬਣਾ ਕੇ ਆਪਣੇ ਘਰਦਿਆਂ ਨੂੰ ਖੁਸ਼ ਕਰੋ ਜੀ। ਅਤੇ ਆਹ ਦੇਖੋ ਬਹੁਤ ਹੀ ਵਾਈਟ ਵਾਈਟ ਆਪਣਾ ਖੋਆ ਬਣਿਆ, ਕੋਈ ਵਿੱਚ ਜਲਿਆ ਨਹੀਂ ਕੁਛ ਵੀ, ਦੁੱਧ ਨੀਚੇ ਨਹੀਂ ਲੱਗਿਆ, ਆਪਾਂ ਲਗਾਤਾਰ ਹਿਲਾਇਆ ਇਸ ਨੂੰ ਅਤੇ ਬਹੁਤ ਹੀ ਘੱਟ ਸੇਕ 'ਤੇ ਬਣਾਇਆ। ਅਤੇ ਇਸ ਤੋਂ ਤੁਸੀਂ ਜਿਹੜਾ ਹੈਗਾ ਆਟਾ ਭੁੰਨ ਕੇ ਵੀ ਵਿੱਚ ਖੋਏ ਦੇ ਪਾ ਕੇ ਪਿੰਨੀਆਂ ਬਣਾ ਸਕਦੇ ਹੋ, ਅਤੇ ਚੌਲਾਂ ਦੀਆਂ ਪਿੰਨੀਆਂ 'ਚ ਵੀ ਤੁਸੀਂ ਇਹ ਪਾ ਸਕਦੇ ਹੋ, ਅਤੇ ਗਜਰੇਲਾ ਵੀ ਬਣਾ ਸਕਦੇ ਹਾਂ ਆਪਾਂ, ਇਹਦੇ ਨਾਲ ਬਰਫੀ ਵੀ ਬਣਾ ਸਕਦੇ ਹਾਂ। ਬਹੁਤ ਸਾਰੀਆਂ ਡਿਸ਼ਾਂ ਖੋਏ ਤੋਂ ਬਣਦੀਆਂ, ਅਤੇ ਕੋਸ਼ਿਸ਼ ਕਰੋ ਤੁਸੀਂ ਇਕੱਠਾ ਖੋਆ ਇਸ ਤਰ੍ਹਾਂ ਬਣਾ ਕੇ ਰੱਖ ਲਓ, ਅਤੇ ਅਲੱਗ ਅਲੱਗ ਡਿਸ਼ਾਂ ਤੁਸੀਂ ਘਰ ਵਿੱਚ ਬਣਾਓ। ਅਤੇ ਬਹੁਤ ਹੀ ਪਿਓਰ ਖੋਆ ਅਤੇ ਬਹੁਤ ਹੀ ਸੋਹਣਾ ਖੋਆ ਆਪਣਾ ਬਣ ਕੇ ਤਿਆਰ ਹੈ। ਅਤੇ ਜੇਕਰ ਅੱਜ ਦੀ ਰੈਸਪੀ ਜਿਹੜੀ ਆ ਤੁਹਾਨੂੰ ਵਧੀਆ ਲੱਗੀ ਆ ਤਾਂ ਤੁਸੀਂ ਪਲੀਜ਼ ਪਲੀਜ਼ ਲਾਈਕ ਅਤੇ ਕਮੈਂਟ ਜ਼ਰੂਰ ਕਰੋ ਜੀ। ਆਪਣੇ ਦੇਸੀ ਜਿਹੇ ਢੰਗ ਨਾਲ ਬਣਾਏ ਖੋਏ ਨੂੰ ਲਾਈਕ ਜ਼ਰੂਰ ਕਰੋ, ਅਤੇ ਘਰ ਟਰਾਈ ਵੀ ਜ਼ਰੂਰ ਕਰੋ ਅਤੇ ਕਮੈਂਟ ਵੀ ਜ਼ਰੂਰ ਕਰੋ ਜੀ। ਅਤੇ ਸਾਡੀਆਂ ਵੀਡੀਓਜ਼ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਵੈਰੀ ਮੱਚ।